ਰਾਜਾ ਜੀ ਨੇ ਟੀ ਸ਼ਰਟ ਪਾਈ ਹੋਈ ਆ, ਮਾਂ ਤੁਝੇ ਸਲਾਮ। ਇੰਦਰਾ ਗਾਂਧੀ ਜੀ ਇਹਨਾਂ ਦੇ ਮਾਤਾ ਜੀ, ਜਿਨ੍ਹਾਂ ਨੇ ਪੰਜਾਬ ਦੇ ਨਾਲ, ਪੰਜਾਬ ਦੇ ਸਭ ਤੋਂ ਵੱਡੇ ਸਾਡੇ ਗੁਰਦੁਆਰਾ ਸਾਹਿਬ, ਉੱਥੇ ਤੋਪਾਂ ਨਾਲ, ਗੋਲੀਆਂ ਨਾਲ ਇਹਨਾਂ ਨੇ ਹਮਲਾ ਕੀਤਾ ਸੀ। ਤੁਸੀਂ ਚੁਣੌਤੀ ਦਿੱਤੀ ਸੀਗੀ, ਉਹ ਐਂਟਰੀ ਉਹਨਾਂ ਨੇ ਕਰ ਲਈ? ਨਹੀਂ, ਮੈਂ ਤਾਂ ਉਹਨਾਂ ਨੂੰ ਕੋਈ ਚੁਣੌਤੀ ਨਹੀਂ ਦਿੱਤੀ, ਪਰ ਲੇਟ ਹੋ ਗਏ ਆਉਂਦੇ ਆਉਂਦੇ। ਜੋ ਇਹਨਾਂ ਨੇ ਚੋਰ ਬਜ਼ਾਰੀਆਂ ਕੀਤੀਆਂ ਏ, ਇਹਨਾਂ ਨੂੰ ਲੁਧਿਆਣੇ 'ਚ ਘਰ ਮਿਲਣਾ ਵੀ ਬੜਾ ਔਖਾ ਹੈ। ਰਾਜਾ ਵੜਿੰਗ ਲੁਧਿਆਣਾ ਪਹੁੰਚੇ ਤਾਂ ਫਿਰ ਉਹਨਾਂ ਨੇ ਕਿਹਾ ਕਿ ਮੈਂ ਆ ਗਿਆ ਪੂਰੀ ਤਿਆਰੀ ਦੇ ਨਾਲ। ਬਿੱਟੂ ਸਾਹਿਬ, ਪੂਰੀ ਤਿਆਰੀ ਦੇ ਨਾਲ ਜਿਹੜਾ ਰਾਜਾ ਵੜਿੰਗ ਪਹੁੰਚ ਗਏ ਨੇ ਮੈਦਾਨ ਦੇ ਵਿੱਚ, ਔਰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਕਿਉਂਕਿ ਤੁਸੀਂ ਚੁਣੌਤੀ ਦਿੱਤੀ ਸੀਗੀ, ਉਹ ਐਂਟਰੀ ਉਹਨਾਂ ਨੇ ਕਰ ਲਈ? ਨਹੀਂ, ਮੈਂ ਤਾਂ ਉਹਨਾਂ ਨੂੰ ਕੋਈ ਚੁਣੌਤੀ ਨਹੀਂ ਦਿੱਤੀ, ਪਰ ਲੇਟ ਹੋ ਗਏ ਆਉਂਦੇ ਆਉਂਦੇ, ਕਾਫੀ ਲੇਟ ਆਏ ਨੇ। ਤੇ ਇੱਥੇ ਤਾਂ ਲੋਕੀ ਮਨ ਬਣਾ ਚੁੱਕੇ ਆ ਬੀਜੇਪੀ ਲਈ ਸਾਰੀ ਜਿਹੜੀ ਵੋਟ ਪਾਉਣੀ ਆ, ਤੇ ਠੀਕ ਆ, ਉਹ ਪਾਰਟੀ ਦਾ ਉਹਨਾਂ ਦੇ ਫੈਸਲਾ ਆ, ਉਹਨਾਂ ਨੂੰ ਵੈਲਕਮ ਕਰਦੇ ਆ ਅਸੀਂ ਲੁਧਿਆਣੇ ਵਾਲੇ, ਚੰਗਾ ਉਹਨਾਂ ਦੀ ਇੱਥੇ ਸੇਵਾ ਕਰਾਂਗੇ, ਚੰਗੇ ਉਹਨਾਂ ਦੇ ਇੱਥੇ ਰਸਗੁੱਲੇ, ਗੁਲਾਬ ਜਾਮਣਾ, ਜੋ ਐਸਾ ਕੋਈ ਵੀ ਚੀਜ਼ ਆ ਚੰਗੀ, ਉਹਨਾਂ ਦਾ ਪਰਿਵਾਰ, ਉਹਨਾਂ ਦੀ ਰਿਸ਼ਤੇਦਾਰ, ਉਹ ਸਾਰਾ ਆਨੰਦ ਲੈਣਗੇ। ਕਿਉਂਕਿ ਲੁਧਿਆਣੇ ਚੰਗੇ ਸੈਰ ਕਰਨ ਲਈ ਬੜੇ ਵਧੀਆ ਪਾਰਕ ਨੇ, ਇੱਥੇ ਚੰਗੇ ਰਹਿਣ ਲਈ 5-star ਹੋਟਲ ਨੇ, ਅਤੇ ਇਸ ਕਰਕੇ ਚੰਗੀ ਆਇਓ ਭਗਤ ਆ ਜਿਹੜੀ, ਉਹਨਾਂ ਦੀ ਵੱਡੀ ਇੰਡਸਟਰੀ ਆ ਉਰੇ, ਉਹਨਾਂ ਦੇ ਘਰੇ ਉਹਨਾਂ ਦੀਆਂ ਚੰਗੀਆਂ ਮੀਟਿੰਗਸ ਕਰਾਵਾਂਗੇ, ਐਸੀ ਕੋਈ ਗੱਲ ਨਹੀਂ ਗੀ, ਉਹਨਾਂ ਨੂੰ ਕੋਈ ਤੰਗੀ ਨਹੀਂ ਆਉਣ ਦਿੰਦੇ। ਕਿਉਂਕਿ ਪ੍ਰਤਾਪ ਬਾਜਵਾ ਹੋਰਾਂ ਨੇ ਕਿਹਾ ਕਿ ਮੈਂ ਇੱਥੇ ਘਰ ਦੇਖ ਰਿਹਾ, ਰਾਜਾ ਵੜਿੰਗ ਵੀ ਆ ਗਏ, ਮੋਰਚਾ ਜਿਹੜਾ ਤੁਹਾਡੇ ਖਿਲਾਫ ਦੋਵੇਂ ਜਰਨੈਲ ਨੇ ਕਾਂਗਰਸ ਦੇ ਖੋਲ ਲਿਆ। ਦੇਖੋ, ਦੋਨੋਂ ਇੱਕ ਅੱਜ ਪਤਾ ਲੱਗਿਆ ਵੀ ਜਿਹੜਾ ਉਹ ਘਰ ਆ ਜਿਹੜਾ ਹਜੇ ਲੱਭਿਆ ਨਹੀਂ, ਅੱਜ ਕਹਿੰਦੇ ਉਧਰੋਂ ਚੰਡੀਗੜ੍ਹੋਂ ਹੀ ਆਏ ਨੇ, ਤੇ ਚੰਡੀਗੜ੍ਹੋਂ ਆ ਕੇ ਕਹਿੰਦੇ ਸਿੱਧਾ ਇੱਥੋਂ ਜਗਰਾਉਂ ਤੋਂ ਗਿੱਦੜਵਾਏ ਵਾਪਸ ਜਾ ਰਹੇ ਆ। ਬਾਜਵਾ ਜੀ ਤਾਂ ਸ਼ਾਇਦ ਅਜੇ ਆਏ ਨਹੀਂ। ਮੈਨੂੰ ਲੱਗਦਾ ਕਾਂਗਰਸ ਦਾ ਇਹ ਹਾਲਾਤ ਨੇ ਨਾ, ਜਿਹੜੇ ਜੋ ਇਹਨਾਂ ਨੇ ਚੋਰ ਬਜ਼ਾਰੀਆਂ ਕੀਤੀਆਂ ਏ, ਇਹਨਾਂ ਨੂੰ ਲੁਧਿਆਣੇ 'ਚ ਘਰ ਮਿਲਣਾ ਵੀ ਬੜਾ ਔਖਾ ਏ। ਕੋਈ ਐਗਰੀਮੈਂਟ ਕਰਕੇ ਦਊਗਾ ਪੱਕਾ ਤਾਂ ਇਹਨਾਂ ਨੂੰ ਘਰ ਮਿਲ ਸਕਦਾ, ਨਹੀਂ ਤਾਂ ਲੁਧਿਆਣੇ ਵਾਲਿਆਂ ਨੇ ਕਿਸੇ ਨੇ ਘਰ ਨਹੀਂ ਦੇਣਾ। ਕਿਉਂਕਿ ਅੱਗੇ ਵੀ ਇਹਨਾਂ ਦਾ ਇਹ ਰਿਹਾ ਵੀ ਇਹ ਪੈਸੇ ਪੂਸੇ ਦਿੰਦੇ ਨਹੀਂ ਗੇ ਕਈ ਚੀਜ਼ਾਂ ਦੇ, ਤੇ ਹੁਣ ਕੋਠੀ ਜਿਹੜਾ ਉਹ ਵੀ ਗੱਲ ਮੈਂ ਸੁਣ ਰਿਹਾ ਵੀ ਕਈ ਨਹੀਂ ਦੇ ਰਹੇ, ਕਿਉਂਕਿ ਆਦਤ ਇਹ ਪਈ ਹੋਈ ਆ। ਕਹਿੰਦੇ ਕਾਂਗਰਸ ਨਾਲ ਗੱਦਾਰੀ ਕੀਤੀ ਏ, ਲੜਾਈ ਜਿਹੜੀ ਆ ਉਹ ਗੱਦਾਰੀ ਨੂੰ ਸਬਕ ਸਿਖਾਉਂਦੀ ਆ। ਦੇਖੋ, ਮੈਂ ਤਾਂ ਆ ਤਸਵੀਰ ਦਿਖਾ ਦਿੰਦਾ ਮੈਂ ਵੀ ਇਹ ਉਦਣ ਦੀ ਉਹ ਘੁੰਮ ਰਹੀ ਆ, ਆ ਪੜ੍ਹ ਲਓ ਵੀ ਇਹ ਕੈਮਰੇ ਤੇ ਨੇੜੇ ਕਰਕੇ। ਇਹ ਰਾਜਾ ਜੀ ਨੇ ਟੀ ਸ਼ਰਟ ਪਾਈ ਹੋਈ ਆ, ਮਾਂ ਤੁਝੇ ਸਲਾਮ। ਇੰਦਰਾ ਗਾਂਧੀ ਜੀ ਇਹਨਾਂ ਦੇ ਮਾਤਾ ਜੀ, ਜਿਨ੍ਹਾਂ ਨੇ ਪੰਜਾਬ ਦੇ ਨਾਲ, ਪੰਜਾਬ ਦੇ ਸਭ ਤੋਂ ਵੱਡੇ ਸਾਡੇ ਗੁਰਦੁਆਰਾ ਸਾਹਿਬ, ਉੱਥੇ ਤੋਪਾਂ ਨਾਲ, ਗੋਲੀਆਂ ਨਾਲ ਇਹਨਾਂ ਨੇ ਹਮਲਾ ਕੀਤਾ ਸੀ। ਮੈਂ ਮੰਨਿਆ, ਮੈਂ ਵੀ ਕਾਂਗਰਸ 'ਚ ਹਾਂ, 10-15 ਸਾਲ ਰਿਹਾ ਉਸ ਵੇਲੇ ਜਿੱਦਾਂ ਇਹ ਟੀ ਸ਼ਰਟ ਪਾਈ ਸੀ ਇਹਨਾਂ ਨੇ। ਮੈਨੂੰ ਵੀ ਕਹਿੰਦੇ ਸੀ ਵੀ ਟੀ ਸ਼ਰਟ ਪਾਓ ਯੂਥ ਜਦੋਂ ਅਸੀਂ ਇਕੱਠੇ ਸੀ, ਪਰ ਮੈਂ ਕਿਹਾ ਕੁਛ ਕਰ ਲਓ, ਇਹ ਪਾ ਜਿਹੜੀ ਮਾਂ ਏ, ਮਾਂ ਤੁਝੇ ਸਲਾਮ, ਮੈਂ ਮਾਂ ਨਹੀਂ ਕਹਿ ਸਕਦਾ ਜਿਹਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋਲੀ ਵਿੱਚੋਂ ਮਾਰੀ ਹੋਵੇ, ਤੇ ਸਾਡੇ ਦੰਗੇ ਕੀਤੇ ਹੋਣ ਉਸ ਵੇਲੇ, ਸਾਡੇ ਸਿੱਖ ਪੰਜਾਬੀ ਲੱਭ ਲੱਭ ਕੋਹ ਕੋਹ ਮਾਰੇ ਹੋਣ ਸਾਰੇ ਦੇਸ਼ ਦੇ ਵਿੱਚ, ਤੇ ਅੱਜ ਤੱਕ ਉਹ ਲੋਕੀ ਭੁੱਲ ਜਾਣਗੇ ਇਹ ਗੱਲਾਂ, ਤੇ ਇਹ ਰਾਜਾ ਵੜਿੰਗ ਸਾਹਿਬ ਉਹਨਾਂ ਨੂੰ ਆਪਣੀ ਮਾਂ ਟੀ ਸ਼ਰਟ ਪਾ ਕੇ, ਇਹੀ ਤਾਂ ਮੇਰਾ ਰਾਹੁਲ ਗਾਂਧੀ ਨਾਲ
ਹੁਣ ਮੈਂ ਅੱਜ ਤੁਸੀਂ ਗੱਲਾਂ ਇਹ ਕਰਦੇ ਕਰਦੇ ਪਹੁੰਚ ਗਏ, ਉਦਣ ਤੋਂ ਹੀ ਮੇਰੇ ਨਾਲ ਵਿਗੜ ਗਏ। ਤੁਸੀਂ ਰਾਹੁਲ ਗਾਂਧੀ ਨੂੰ ਕੀ ਕਿਹਾ ਜਾਂ ਕਿਸ ਗੱਲ ਤੋਂ ਵਿਗੜੀ? ਰਾਹੁਲ ਗਾਂਧੀ ਹੁਣੀ ਦੋ ਗੱਲਾਂ ਮੈਨੂੰ ਕਹਿੰਦੇ ਸੀ। ਇੱਕ ਪਾਸੇ ਤਾਂ ਇਹ ਗੱਲ ਵੀ ਆਹ ਟੀ ਸ਼ਰਟ ਆ ਜਿਹੜੀ, ਇਹ ਪ੍ਰੋਗਰਾਮ ਸੀ ਦਿੱਲੀ ਦੇ ਵਿੱਚ ਵੀ ਇਹ ਟੀ ਸ਼ਰਟ ਪਾਓ। ਮੈਂ ਕਿਹਾ ਮੈਂ ਨਹੀਂ ਪਾਉਣੀ, ਮੇਰੇ ਗੁਰੂ ਦੇ ਮੈਨੂੰ ਮੇਰੇ ਸਿਰ 'ਤੇ ਉਹ ਪੱਗ ਬੰਨੀ ਆ ਅਤੇ ਮੈਂ ਇਹਨਾਂ ਦੇ ਉਦੋਂ ਹੈ ਨਹੀਂ ਸੀ। ਅਤੇ ਇਹ ਟੀ ਸ਼ਰਟ ਪਾਉਣ ਪਿੱਛੇ ਰਾਹੁਲ ਗਾਂਧੀ ਅੱਜ ਤਕਰੀਬਨ 7 ਸਾਲ ਹੋ ਗਏ ਹੋਣੇ ਆ, ਤੁਸੀਂ ਇਹ ਟਾਈਮ ਚੈੱਕ ਕਰ ਸਕਦੇ ਹੋ। ਕਿਸੇ ਵੀ ਉਹਨਾਂ ਦੇ ਘਰ, ਉਹਨਾਂ ਦੇ ਮਾਤਾ ਜੀ ਦੇ ਘਰ ਰਾਹੁਲ ਗਾਂਧੀ ਉਦੋਂ ਬਾਅਦ ਮੈਨੂੰ ਮਿਲੇ ਨਹੀਂ। ਆਹ ਯਾਤਰਾ ਵੀ ਜਦੋਂ ਇੱਥੇ ਕੱਢੀ ਨਾ ਲੁਧਿਆਣੇ 'ਚ ਆਏ, ਇੱਕ ਉਰੇ ਇਹਦੇ ਉੱਤੇ ਬੜੇ ਮਸ਼ਹੂਰ ਨੇ ਆ, ਉਹਨਾਂ ਦਾ ਨਾਂ ਮੈਂ ਭੁੱਲ ਗਿਆ, ਇਹਦੇ ਬੜੀ ਇੱਥੇ ਸੇਵਾ ਕਰਦੇ ਆ, ਅਤੇ ਇਹਦੇ ਉੱਤੇ ਸਾਰੀ ਯਾਤਰਾ ਲੁਧਿਆਣੇ ਦੇ ਵਿੱਚੋਂ ਉਹਨਾਂ ਨਾਲ ਗੱਲ ਕਰਦੇ ਕੱਢੀ, ਕਿਸੇ ਕਾਂਗਰਸੀ ਨੂੰ ਨੇੜੇ ਨਹੀਂ ਲਾਇਆ। ਦੋ ਗੱਲਾਂ ਉਹ ਕਹਿੰਦੇ ਸੀ, ਇੱਕ ਕਹਿੰਦੇ ਇਹ, ਦੂਜੀ ਕਹਿੰਦੇ ਸਾਨੂੰ ਬਹੁਤ ਵੱਡਾ ਕ੍ਰੈਡਿਟ ਮਿਲੂਗਾ, ਬਹੁਤ ਵੱਡੀ ਸਿੱਖਾਂ 'ਚ ਸਾਡੀ ਗੱਲ ਜਾਊਗੀ, ਤੂੰ ਆਪਣੇ ਦਾਦਾ ਜੀ ਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਤੂੰ ਜਲਦੀ ਤੋਂ ਜਲਦੀ ਮਾਫੀ ਦੇ, ਕਾਂਗਰਸ ਦੇ ਖਾਤੇ 'ਚ ਇਹ ਗੱਲ ਪਵਾ। ਮੈਂ ਕਿਹਾ ਜੀ ਮੈਂ ਆਪ ਕਰੂੰਗਾ ਤਾਂ ਕਰੂੰਗਾ, ਮੈਂ ਕਾਂਗਰਸ ਦੇ ਲਈ ਇਹ ਗੱਲ ਕਿਉਂ ਕਰਾਂ? ਸਰਦਾਰ ਬੇਅੰਤ ਸਿੰਘ ਨੇ ਕਨਾਵਾਨੀ ਦਿੱਤੀ ਆ ਪੰਜਾਬ ਲਈ। ਕਿਹਨੇ ਕਿਹਾ ਤੁਹਾਨੂੰ ਇਹ ਗੱਲ? ਇਹ ਕਾਂਗਰਸ ਪਾਰਟੀ ਨੇ, ਰਾਹੁਲ ਗਾਂਧੀ। ਮੈਂ ਹੁਣ ਤੁਸੀਂ ਸਮਝ ਲਓ ਹੁਣ ਹਰ ਗੱਲ ਨਹੀਂ ਦੱਸ ਦੋ, ਰਾਹੁਲ ਗਾਂਧੀ ਨੇ ਤੁਹਾਨੂੰ ਇਹ ਗੱਲ ਕਹੀ? ਇਹ ਸਾਰੀ ਕਾਂਗਰਸ ਪਾਰਟੀ, ਇਹਦੇ ਵਿੱਚ ਇਕੱਲਾ ਨਹੀਂ ਸੀ, ਸਾਰੀ ਸੀਨੀਅਰ ਲੀਡਰਸ਼ਿਪ ਕੀ ਕਹਿ ਰਹੇ ਸੀ? ਆਪਣੇ ਪੰਜਾਬ ਦੇ ਲੀਡਰ ਵੀ ਉਹਦੇ ਵਿੱਚ। ਬੇਅੰਤ ਸਿੰਘ ਹੋਰਾਂ ਦਾ ਜਿਹਨੇ ਕਤਲ ਕੀਤਾ ਉਹਨਾਂ ਨੂੰ ਮਾਫੀ ਦਿਓ, ਔਰ ਤਰੀਕੇ ਨਾ ਕਰੋ ਵੀ ਜਿਹਦੇ ਨਾਲ ਕ੍ਰੈਡਿਟ ਜਿਹੜਾ ਏ ਉਹ ਕਾਂਗਰਸ ਪਾਰਟੀ ਨੂੰ ਮਿਲੇ, ਵੀ ਅਸੀਂ ਵੀ ਜਿਹੜਾ ਉਹ ਇਸੇ ਕਰਕੇ ਜਿਹੜੀ ਮਾਫੀ, ਕਿਉਂਕਿ ਉਹ ਤਾਂ ਐਵੇਂ ਨੇ ਜਿਹੜੇ ਇੱਕ ਦੋ ਜਿਹਨਾਂ ਨੂੰ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਜਿਹਨਾਂ ਨੂੰ ਇਹ ਮਾਫ਼ ਕੀਤਾ ਏ, ਸਿਰਫ ਕ੍ਰੈਡਿਟ ਵਾਰ, ਹੋਰ ਕੋਈ ਗੱਲ ਨੀ। ਵੀ ਇਹ ਤਾਂ ਸਾਨੂੰ ਫਾਇਦਾ, ਕਿਹੜੇ ਸਾਲ ਦੀ ਗੱਲ ਹੈ, ਕਦੋਂ ਦੀ ਗੱਲ? ਇਹ ਤਕਰੀਬਨ ਇਹ ਗੱਲ ਤਾਂ ਜਿਹੜੀ ਆ ਏ ਇਹ ਤਾਂ 19 ਤੋਂ ਬਾਅਦ ਦੀ ਗੱਲ ਆ, ਉਹ ਗੱਲ ਆ ਜਿਹੜੀ ਤਕਰੀਬਨ 19 ਤੋਂ ਪਹਿਲਾਂ ਦੀ ਗੱਲ। ਤੁਸੀਂ ਮਨਾ ਕਰ ਦਿੱਤਾ 100%? ਮੈਂ ਤਾਂ ਇਹੀ ਕਹਿ ਰਿਹਾ ਨਾ ਵੀ ਇਹ ਲੋਕ ਦੇਖਣਗੇ ਵੀ ਗਦਾਰ ਕੌਣ ਆ, ਪੰਜਾਬ ਦਾ ਗਦਾਰ ਕੌਣ ਆ ਜਿਹਨੇ ਗੋਲੀਆਂ ਮਾਰ ਮਾਰ। ਉਦੋਂ ਵੀ ਮੈਂ ਤੁਹਾਨੂੰ ਦੱਸਦਾ ਇਹ ਗੱਲ, ਲਾਪਰਾਂ ਜੀ ਕਾਂਗਰਸ 'ਚ ਨੇ, ਗੁਰਦੇਵ ਸਿੰਘ ਲਾਪਰਾਂ ਜੀ, ਉਹਨਾਂ ਤੋਂ ਕਦੇ ਪੁੱਛ ਲਿਓ ਮੈਨੂੰ ਗੱਲ, ਉਹਨਾਂ ਨੇ ਸੁਣਾਈ ਬਹੁਤ ਸਾਲ ਹੋ ਗਏ, ਵੀ ਜਦੋਂ ਦਰਬਾਰ ਸਾਹਿਬ ਢਹਿ ਢੇਰੀ ਕੀਤਾ ਉਦੋਂ ਰੰਧਾਵਾ ਸਾਹਿਬ ਦੇ ਪਿਤਾ ਜੀ ਤੇ ਹੋਰ ਲੀਡਰ ਇਹ ਮੁਹਿੰਮ ਚਲਾਈ ਸੈਂਟਰ ਨੇ ਵੀ ਉਰੇ ਬੱਸਾਂ ਭਰ ਕੇ ਲਿਆਓ ਤੇ ਇੰਦਰਾ ਗਾਂਧੀ ਜੀ ਦਾ ਧੰਨਵਾਦ ਕਰੋ, ਤੇ ਉਦੋਂ ਸਰਦਾਰ ਬੇਅੰਤ ਸਿੰਘ ਜੀ ਤਾਂ ਇੱਕ ਜਨਰਲ ਸੈਕਟਰੀ ਸੀਗੇ, ਕਿਉਂਕਿ ਇੱਕਦਮ MLA ਦੀ ਇਲੈਕਸ਼ਨ ਸਾਰੇ ਹਾਰ ਗਏ ਸੀ। ਉਦੋਂ ਸਰਦਾਰ ਬੇਅੰਤ ਸਿੰਘ ਜੀ ਨੇ ਵੀ ਕਿਹਾ ਵੀ ਮੈਂ ਨਹੀਂ ਕਦੇ ਵੀ ਇਹ ਕੰਮ ਕਰੂੰਗਾ, ਮੈਂ ਇਹ ਦਰਬਾਰ ਸਾਹਿਬ ਤੇ ਢਾਉਣ ਤੇ ਤੁਹਾਡਾ ਧੰਨਵਾਦ ਕਰਨ ਜਾਈਏ। ਦੂਜੀ ਉਦੋਂ ਬਾਅਦ ਇਹਨਾਂ ਦੀ ਇੱਕੋ ਹੀ ਗੱਲ ਰਹੀ ਵੀ ਸਰਦਾਰ ਬੇਅੰਤ ਸਿੰਘ ਜੀ ਜਿਹੜੇ ਚੀਫ ਮਿਨਿਸਟਰ ਬਣੇ ਉਹ ਨਰਸਿਮਾ ਰਾਓ ਜੀ ਬੜੇ ਬਣੇ, ਉਸ ਵੇਲੇ ਗਾਂਧੀ ਫੈਮਿਲੀ ਨਹੀਂ ਸੀ, ਭਜਨ ਲਾਲ ਇੱਧਰ ਸੀਗੇ ਹਿਮਾਚਲ ਚ, ਵੀਰਭੱਦਰ ਸੀ ਇੱਧਰ, ਸਰਦਾਰ ਬੇਅੰਤ ਸਿੰਘ ਜੀ ਜਿਹੜੇ ਬਣੇ ਉਹ ਵੀਰਭੱਦਰ ਜੀ ਤੇ ਉਸ ਵੇਲੇ ਸੁਖਰਾਮ ਉੱਥੇ ਲੜਾਈ ਸੀ, ਸਰਦਾਰ ਬੇਅੰਤ ਸਿੰਘ ਨੂੰ ਨਰਸਿਮਾ ਰਾਓ ਜੀ ਨੇ ਇੰਚਾਰਜ ਬਣਾ ਕੇ ਭੇਜਿਆ, ਇੰਨੀ ਮਤਲਬ ਉਹ ਅਹਿਮੀਅਤ ਦਿੰਦੇ ਸੀ ਉਹਨਾਂ ਨੂੰ। ਇੱਕ 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 CWC ਤੇ ਵੀ ਉੱਤੇ ਕਮੇਟੀ ਹੁੰਦੀ ਆ ਜਿਹਨੂੰ ਕਿਹਾ ਜਾਂਦਾ ਹੈ ਵੀ ਉਹ ਉਹ 'ਚ 5 ਮੈਂਬਰ ਉਸ ਕਮੇਟੀ ਦੇ ਹੁੰਦੇ ਆ
ਜਿਨੇ ਕਿਸੇ ਨੂੰ ਵੀ ਪਾਰਟੀ ਚੋਂ ਉਹ ਕੱਢ ਸਕਦੇ ਆ। ਡਿਸਪਲਿਨ ਕਮੇਟੀ ਹੁੰਦੀ ਆ, ਡਿਸਪਲਿਨ ਕਮੇਟੀ ਦੇ ਤਿੰਨ ਕੱਲੇ ਤਿੰਨ ਬੰਦੇ ਹੁੰਦੇ, ਇੱਕ ਚੇਅਰਮੈਨ, ਦੋ ਮੈਂਬਰ, ਉਹ ਸਰਦਾਰ ਬੇਅੰਤ ਸਿੰਘ ਸੀ। ਤੇ ਇਸ ਕਰਕੇ ਇਹਨਾਂ ਦੇ ਮਨ ਚ ਹਮੇਸ਼ਾ ਇਹ ਗੱਲ ਰਹੀ ਵੀ ਇਹ ਚੀਫ ਮਿਨਿਸਟਰ ਨੇ, ਇਹ ਪਾਉਂਦੇ ਰਹੇ ਵੀ ਇਹ ਤਾਂ ਨਰਸਿਮਾ ਰਾਓ ਜੀ ਵੇਲੇ ਬਣਾਏ ਸੀ, ਕਿਉਂਕਿ ਨਰਸਿਮਾ ਰਾਓ ਜੀ ਦੀ ਕਦੇ ਵੀ ਗਾਂਧੀ ਫੈਮਿਲੀ ਨਾਲ ਬਣੀ ਨਹੀਂ। ਇਹ ਇਹ ਚੀਜ਼ਾਂ ਮੈਨੂੰ ਕੀ ਪਤਾ ਸੀ, ਮੈਂ ਤਾਂ ਇੱਕ ਨਵਾਂ ਥੱਲੋਂ ਉੱਤੇ ਗਏ ਸੀ। ਲੇਕਿਨ ਸਵਾਲ ਇਹ ਵੀ ਉੱਠਦਾ ਕਿ ਤੁਸੀਂ ਸਾਰੀ ਜ਼ਿੰਦਗੀ ਕਾਂਗਰਸ ਚ ਲਗਾਈ, ਪਿਛਲੇ 18 ਸਾਲ 20 ਸਾਲ ਜਿਹੜੇ ਤੁਹਾਡੇ ਰਹੇ, ਸੋਨੀਆ ਗਾਂਧੀ ਦੇ ਤੁਸੀਂ ਵੀ ਪੈਰੀ ਹੱਥ ਲਗਾਉਂਦੇ ਰਹੇ, ਰਾਹੁਲ ਗਾਂਧੀ ਨੂੰ ਤੁਸੀਂ ਵੀ ਆਪਣਾ ਵੱਡਾ ਭਰਾ ਮਨਾਉਂਦੇ ਰਹੇ, ਲੇਕਿਨ ਅੱਜ ਤੁਹਾਨੂੰ ਇੰਦਰਾ ਗਾਂਧੀ ਨੂੰ ਲੈ ਕੇ ਤੁਸੀਂ ਇਤਰਾਜ਼ ਜ਼ਾਹਰ ਕਰ ਰਹੇ। ਅੱਜ ਤੋਂ ਪਹਿਲਾਂ ਤੁਸੀਂ ਜ਼ਿੰਦਗੀ ਚ ਕਦੇ ਇਹ ਗੱਲ ਨਹੀਂ ਕੀਤੀ? ਮੈਂ ਕਾਂਗਰਸ ਸੀਗਾ, ਮੈਂ ਕਾਂਗਰਸ ਸੀਗਾ ਨਾ ਜੀ, ਮੈਂ ਕਿਉਂ ਆਪਣੇ ਉੱਥੇ ਵਿੱਚ ਰਹਿ ਕੇ ਉਹਦੇ, ਅੱਜ ਤਾਂ ਅਸੀਂ ਬਾਹਰ ਹਾਂ। ਉਹ ਤਾਂ ਮੈਨੂੰ ਮਿੰਟ ਚ, ਇੱਕ ਮਿੰਟ ਚ ਪਾਰਟੀ ਤੋਂ ਉਹ ਮਾਲਕ ਸੀ ਕੱਢ ਕੇ ਪਰੇ ਮਾਰਦੇ। ਪਾਰਲੀਮੈਂਟ ਬਣਿਆ ਆਨੰਦਪੁਰ ਸਾਹਿਬ ਤੋਂ, ਦੋ ਵਾਰ ਲੁਧਿਆਣੇ ਤੋਂ। ਨਾਰਥ ਇੰਡੀਆ ਚ ਕੋਈ ਵੀ ਮੈਂਬਰ ਪਾਰਲੀਮੈਂਟ ਤਿੰਨ ਵਾਰ ਨਹੀਂ ਬਣਿਆ। ਜੰਮੂ ਕਸ਼ਮੀਰ, ਹਿਮਾਚਲ, ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਤਿੰਨ ਵਾਰ ਮੈਂਬਰ ਪਾਰਲੀਮੈਂਟ ਹੋਵਾਂ। ਇਲੈਕਟਿਡ ਪ੍ਰਧਾਨ, ਪਹਿਲਾਂ ਜਦੋਂ ਇਲੈਕਸ਼ਨਾਂ ਹੋਈਆਂ, ਰਾਹੁਲ ਗਾਂਧੀ ਨੇ ਉਹ ਇਲੈਕਸ਼ਨਾਂ ਕਰਾਈਆਂ, ਉਹਦੇ ਵਿੱਚ ਮੈਂ ਜਿੱਤ ਕੇ ਪ੍ਰਧਾਨ ਬਣਿਆ। ਤੇ ਤੁਸੀਂ ਮੈਨੂੰ ਦੱਸੋ ਵੀ ਮੇਰੇ ਨਾਲ ਇਹ ਖਾਰ ਨਹੀਂ ਰੱਖਦੇ ਸੀ ਤਾਂ ਕੀ ਸੀ? ਜਿਹਨੂੰ ਇੱਕ ਵਾਰ ਵੀ ਕੋਈ ਜਿੱਤ ਜਾਂਦਾ ਉਹਨੂੰ ਸੈਕਟਰੀ, ਜਨਰਲ ਸੈਕਟਰੀ, ਇਲੈਕਸ਼ਨ ਕਮੇਟੀ ਦੇ ਮੈਂਬਰ, ਮੈਨੂੰ ਤਾਂ ਲੋਕ ਜਿਤਾ ਕੇ ਭੇਜਦੇ ਸੀ। ਮੈਨੂੰ ਇੱਕ ਵੀ ਕੋਈ ਅਹੁਦਾ ਮੈਨੂੰ ਕਾਂਗਰਸ ਪਾਰਟੀ ਗਣਾ ਦੇ, ਸਭ ਨੂੰ ਮਿਲੇ। ਬਾਜਪੇਈ ਹੋਣੀ ਦੋ ਦੋ ਵਾਰ ਹਾਰ ਕੇ ਫੇਰ ਆ ਗਏ, ਰਾਜਾ ਬੜਿੰਗ ਸਾਹਿਬ ਹੋਣੀ IYC ਦੇ ਪ੍ਰਧਾਨ, ਜਦੋਂ ਮੈਂ ਇਲੈਕਸ਼ਨ ਜਿੱਤਿਆ ਉਹਨਾਂ ਨੂੰ ਇਹ ਸੀ ਵੀ ਸਰਦਾਰ ਬੇਅੰਤ ਸਿੰਘ ਦਾ ਪੋਤਾ ਬਣ ਗਿਆ। ਉਦੋਂ ਹੀ ਇੱਕਦਮ ਇਹ ਹੋ ਗਿਆ ਵੀ ਇਹ ਕਿਸੇ ਏਡੇ ਪਰਿਵਾਰ ਦਾ ਕਿਵੇਂ ਬਣ ਗਿਆ। ਲੇਕਿਨ ਸਵਾਲ ਇਹ ਵੀ ਕਿ ਹੁਣ ਜਦੋਂ ਕਾਂਗਰਸ ਨੇ ਮੈਦਾਨ ਚ ਵੱਡੇ ਚਿਹਰੇ ਉਤਾਰੇ, ਰੰਧਾਵਾ ਹੋਰਾਂ ਨੂੰ ਉਤਾਰ ਦਿੱਤਾ, ਇੱਕ ਗੱਲ ਮੈਂ ਤੁਹਾਨੂੰ ਜਵਾਬ, ਪ੍ਰਤਾਪ ਬਾਜਵਾ ਹੋਰਾਂ ਨੂੰ, ਅੱਜ ਕਿਉਂ ਇਹ ਗੱਲਾਂ ਕਹਿ ਰਹੇ ਹੋ? ਅੱਜ ਇਹ ਗੱਲਾਂ ਤਾਂ ਕਹਿ ਰਹੇ ਹਾਂ ਵੀ ਅੱਜ ਗੱਲਾਂ ਉਹਨਾਂ ਨੇ ਛੇੜੀਆਂ ਏ, ਤੁਹਾਨੂੰ ਗੱਦਾਰ ਕਹਿ ਰਹੇ, ਉਹਨਾਂ ਨੇ ਕਹਿ ਰਹੇ ਗੱਦਾਰੀ ਦੀ ਕਿਉਂ ਦੀ ਲੜਾਈ ਹੈ ਇਹ? ਇਹ ਤੁਸੀਂ ਅੱਜ ਗੱਲਾਂ ਜੇ ਉਹ ਹੋਰ ਛੇੜਨਗੇ ਮੈਂ ਹੋਰ ਗੱਲਾਂ ਵੀ ਦੱਸੂਗਾ, ਬਹੁਤ ਨੇ। ਇਸ ਕਰਕੇ ਉਹ ਗੱਦਾਰ ਸ਼ਬਦ ਇੱਕ ਬਹੁਤ ਵੱਡਾ ਸ਼ਬਦ ਆ। ਮੈਂ ਕੋਈ ਕਾਂਗਰਸ ਪਾਰਟੀ ਤੋਂ ਮੈਂ ਆਪਣੇ ਕਾਰਖਾਨੇ ਲਾ ਲਏ, ਮੈਂ ਕੋਈ ਫੈਕਟਰੀਆਂ ਲਾ ਲਈਆਂ, ਮੈਂ ਕੋਈ ਮਹਿਲ ਬਣਾ ਲਏ। ਹੁਣ ਵੜਿੰਗ ਹੋਰਾਂ ਦਾ ਮੁਕਾਬਲਾ ਕਿਵੇਂ ਦੇਖਦੇ ਹੋ? ਨਹੀਂ, ਵੜਿੰਗ ਹੋਣੀ ਤਾਂ ਤੁਹਾਨੂੰ ਦੱਸਿਆ ਹੀ ਆ ਵੀ ਇੱਧਰ ਨੂੰ ਆਏ, ਇੱਧਰ ਨੂੰ ਨਿਕਲ ਜਾਣਗੇ ਬਾਹਰ, ਲੁਧਿਆਣੇ ਦੇ ਲੋਕ ਫੈਸਲਾ ਕਰ ਚੁੱਕੇ ਨੇ। ਇੱਥੇ ਇੱਕ ਆਊਟਸਾਈਡਰ, ਇੱਕ ਬਾਹਰਲਾ, ਜਿਹੜੇ ਜਿਹੜਾ ਨਾ ਉਹ ਕਿਸੇ ਦਾ ਨਾਂ ਜਾਣਦੇ ਆ, ਨਾ ਉਹ ਕਿਸੇ ਦਾ ਘਰ ਜਾਣਦੇ ਆ ਵੀ ਮੈਂ ਕਿੱਥੇ ਜਾਣਾ, ਉਹ ਦਸ ਦਿਨ 20 ਦਿਨ ਜਿਹੜੇ ਆ ਉਹ ਲੀਡਰ ਨੇ ਜਿਹੜੇ ਉਹਨਾਂ ਨੂੰ ਉਹ ਕਮਾਉਂਦੇ ਰਹਿਣਗੇ, ਕਿਤੇ ਨਾ ਕਿਤੇ ਸੈਰ ਕਮਾਉਂਦੇ ਰਹਿਣਗੇ ਵੀ ਅੱਜ ਇੱਧਰ ਲੈ ਕੇ ਚੱਲੇ, ਉੱਧਰ ਲੈ ਕੇ ਚੱਲੇ ਜਾਣਾ, ਕਿਉਂਕਿ ਨਹੀਂ ਕੋਈ ਕਾਹਲੀ ਨੀ ਗੀ, ਉਹ ਆਪਣਾ ਆਪਣਾ ਇਸੇ ਤਰੀਕੇ ਨਾਲ ਜਿਹੜਾ ਉਹ ਕਮਾਉਂਦੇ ਰਹਿਣਗੇ। ਤੇ ਜਿੱਦਣ 30 ਤਰੀਕ ਨੂੰ, ਕਿਉਂਕਿ ਉਹਦੇ ਵਿੱਚੋਂ ਦੇਖੋ ਨਾ, ਸਭ ਤੋਂ ਸੀਨੀਅਰ ਪਾਂਡੇ ਜੀ 6 ਵਾਰ ਦੇ MLA, ਉਹਨਾਂ ਨੇ ਵੀ ਟਿਕਟ ਅਪਲਾਈ ਕੀਤੀ, ਨਹੀਂ ਮਿਲੀ। ਡਾਵਰ ਸਾਹਿਬ 4 ਵਾਰ ਦੇ MLA, ਉਹਨਾਂ ਨੂੰ ਟਿਕਟ ਨਹੀਂ ਮਿਲੀ। ਉਦੋਂ ਬਾਅਦ ਆਸ਼ੂ ਜੀ, ਜਿਹੜੇ ਐਡੇ ਕਦਾਵਰ ਲੀਡਰ, ਜਿਨ੍ਹਾਂ ਨੂੰ 25 ਦਿਨ ਕਹਿੰਦੇ ਰਹੇ ਨਾ ਕਹਿੰਦੇ ਕੋਈ ਗੱਲ ਨਹੀਂ ਸੀ, ਉਹ ਵੀ ਵਰਕਿੰਗ ਪ੍ਰੈਜੀਡੈਂਟ ਨੇ, 25 ਦਿਨ ਉਹਨਾਂ ਨੂੰ ਕਹਿੰਦੇ ਰਹਿੰਦੇ ਰਹੇ, ਉਦੋਂ ਬਾਅਦ ਟਿਕਟ ਕੱਟਤੀ। ਉਦੋਂ ਬਾਅਦ ਸੰਜੇ ਤਲਵਾਰ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ, ਉਹਨਾਂ ਨੂੰ ਅਪਲਾਈ ਕਰਵਾਇਆ, ਬਾਅਦ 'ਚ ਟਿਕਟ ਨਹੀਂ ਦਿੱਤੀ। ਮੈਨੂੰ ਇਹ ਦੱਸੋ ਵੀ ਜਿਹੜਾ ਵੀ ਬੰਦਾ ਉਰੇ ਪਾਰਟੀ ਲੁਧਿਆਣੇ 'ਚ ਕੋਈ ਵੀ ਕਾਬਲ ਨਹੀਂ ਸੀ,
ਕਿਸੇ ਦਾ ਕੱਦ ਨਹੀਂ ਸੀ ਟਿਕਟ ਮਿਲਣ ਦਾ। ਇਸ ਕਰਕੇ ਇਹ ਪ੍ਰਤਾਪ ਸਿੰਘ ਬਾਜਵਾ ਜੀ ਸੁਖੀ ਰੰਧਾਵਾ ਜੀ ਨੂੰ ਉੱਥੇ ਭੇਜਤਾ। ਇਹ ਬਹੁਤ ਸ਼ੈਤਾਨ ਨੇ, ਇਹਨਾਂ ਨੇ ਉੱਥੇ ਕਹਿਤਾ ਮੈਂ ਲੁਧਿਆਣੇ ਬੈਠੂੰਗਾ, ਕਿਉਂਕਿ ਇਹਨਾਂ ਦੀ ਕੰਸਟੀਚੁਐਂਸੀ ਹੈ ਜਿਹੜੀ ਉੱਥੇ ਤੋਂ ਇੱਕ ਤਾਂ ਜਾਣਾ ਨਹੀਂ ਪਊ, ਉੱਥੇ ਸੁਖੀ ਰੰਧਾਵੇ ਨੂੰ ਮਾਂਝਣਗੇ ਕਿਉਂਕਿ ਪੁਰਾਣੀ ਟਾਈ ਆ, ਤੇ ਉੱਥੇ ਕੰਪੇਨ ਕਰਨੀ ਨਹੀਂ ਪਊ ਕਿਉਂਕਿ ਐਮ ਪੀ ਰਹੇ ਆ ਪਹਿਲਾਂ, ਤੇ ਉੱਥੇ ਕੰਪੇਨ ਲੁਧਿਆਣੇ ਚ ਕਿਉਂਕਿ ਅੱਖ ਪ੍ਰਧਾਨਗੀ ਤੇ ਆ ਰਾਜਾ ਜੀ, ਇੱਥੇ ਹੋਰ ਬਣਦੇ ਬਣਦੇ ਆਪਣੀ ਚੀਜ਼ ਆ ਜਿਹੜੀ ਉਹ ਸਾਂਭ ਕੇ ਰੱਖੋ, ਪਿੱਛੋਂ ਉਹ ਨਾ ਖਿੱਚੀ ਜਾਵੇ, ਕਿਉਂਕਿ ਇੱਕ ਤਾਂ ਉਹ ਕਹਿ ਰਿਹਾ ਪ੍ਰਧਾਨ ਤੋਂ ਹਟਾਉਣਾ ਪ੍ਰਤਾਪ ਬਾਜਵਾ ਜੀ, ਰਾਜਾ ਵੜਿੰਗ ਨੂੰ ਪ੍ਰਤਾਪ ਬਾਜਵਾ ਇਸੇ ਪ੍ਰਧਾਨਗੀ ਤੋਂ ਹਟਾਉਣਾ, ਇਸੇ ਕਰਕੇ ਤਾਂ ਟਿਕਟ ਦਿੱਤੀ ਆ। ਜਿਹੜਾ ਮਾਂਝਾ ਫੇਰਨਾ ਨਾ ਉਹ ਕਹਿੰਦੇ ਆ ਉਹ ਇੱਧਰ ਹੀ ਫੇਰਨਾ, ਤੇ ਦੂਜੀ ਗੱਲ ਉਹ ਤਾਂ ਇਹ ਕਹਿ ਵੀ ਦਿੱਤੇ ਆ ਪਹਿਲਾਂ ਉਹਨਾਂ ਨੇ ਵੀ ਭਾਈ ਇਹ ਤਾਂ ਇਲੈਕਸ਼ਨ ਲੜ ਰਹੇ ਆ ਪੰਜਾਬ ਚ ਫਿਰ ਨਹੀਂ ਸਕਦਾ, ਹੁਣ ਮੈਨੂੰ ਵਰਕਿੰਗ ਜਾਂ ਇੰਟਰਮ ਪ੍ਰੈਜ਼ੀਡੈਂਟ ਜਿਹੜਾ ਏ ਜਾਂ ਪੱਕਾ ਪ੍ਰਧਾਨ ਮੈਨੂੰ ਬਣਾਓ। ਤੇ ਜੇ ਇਹੀ ਕੰਮ ਉਹਨਾਂ ਨੇ ਉੱਥੇ ਵਿਕਰਮ ਚੌਧਰੀ ਹੁਣਾਂ ਨਾਲ ਜਲੰਧਰ ਕੀਤਾ, ਬਿਲਕੁਲ ਇਲੈਕਸ਼ਨ ਜਦੋਂ ਇੱਕ ਹਫ਼ਤਾ ਬਾਹਰ ਚਲੇ ਗਏ, ਹੁਣ ਐਨ ਇਹਨੂੰ ਫਸਾ ਕੇ ਇੱਥੇ ਇੱਕ ਤਾਂ ਉੱਥੋਂ ਗੁਰਦਾਸਪੁਰ ਤੋਂ ਖਹਿੜਾ ਛੁੱਟ ਗਿਆ, ਇੱਥੇ ਬਹਿ ਕੇ ਹੋਟਲ ਚ ਇਹਨਾਂ ਦੀ ਸਫਾਈ ਥੱਲੇ ਕੱਲੇ ਕੱਲੇ ਰਾਜੇ ਵੜਿੰਗ ਦੇ ਪਿੱਛੋਂ ਕਰਨਗੇ, ਐਨ ਕੈਂਚੀ ਚੱਲੂਗੀ। ਇਸ ਕਰਕੇ ਇਹ ਬਹੁਤ ਖਤਰਨਾਕ ਰਹੇ ਆ ਕਾਂਗਰਸੀ, ਜੋ ਇਹਨਾਂ ਦੀ ਲੜਾਈ, ਜੋ ਇਹਨਾਂ ਨੇ ਚੀਫ਼ ਮਿਨਿਸਟਰ ਪਿੱਛੇ ਸਭ ਤੋਂ ਪਹਿਲਾਂ, ਪੰਕਜ ਤੁਹਾਨੂੰ ਪਤਾ ਤੁਸੀਂ ਉਸ ਵੇਲੇ ਦਿੱਲੀ ਸੀ ਜਦੋਂ ਰਾਹੁਲ ਗਾਂਧੀ ਨੇ ਇਹਨਾਂ ਨੂੰ ਪ੍ਰਧਾਨ ਬਣਾਇਆ, ਮੈਂ ਹੀ ਨਾਲ ਸੀ, ਪੁੱਛ ਲਿਓ ਚਾਹੇ, ਕੈਪਟਨ ਸਾਹਿਬ ਪਰੇ ਬੈਠੇ ਸੀ, ਕੈਪਟਨ ਸਾਹਿਬ ਨਾਲ ਇਹਨਾਂ ਤੋਂ ਇੱਕ ਇੱਕ ਬੰਦਾ ਨਾਰਾਜ਼ ਹੋ ਕੇ, ਇੱਕ ਇੱਕ ਨਾਰਾਜ਼ ਬੰਦਾ ਹੋ ਕੇ ਟੁੱਟੀ ਗਿਆ, ਤੇ ਜਮਾਂ ਜਦੋਂ ਇੱਕ ਨੰਬਲ ਬੰਦਾ ਨਾਲ ਪ੍ਰਧਾਨਗੀ ਤੋਂ ਲਾਇਆ ਇਹਨਾਂ ਨੂੰ, ਫੇਲ ਪ੍ਰਧਾਨ ਇਹ ਹੋਏ। ਉਦੋਂ ਬਾਅਦ ਇਹਨਾਂ ਨੂੰ ਐਮ ਪੀ ਸੀ, ਦੁਬਾਰਾ ਐਮ ਪੀ ਨਹੀਂ ਬਣੇ, ਬਾਕੀ ਲੋਕ ਜਿੱਤਦੇ ਆ ਨਾ, ਅਸੀਂ ਜਿੱਤੇ ਆ ਨਾ, ਇਹ ਗੁਰਦਾਸਪੁਰ ਤੋਂ ਕਿਉਂ ਨਹੀਂ ਜਿੱਤੇ, ਕਿਉਂਕਿ ਕਦੇ ਕੰਮ ਹੀ ਨਹੀਂ ਕੀਤਾ, ਵੜੇ ਨਹੀਂ, ਫੇਲ ਐਮ ਪੀ ਰਹੇ। ਉਦੋਂ ਬਾਅਦ ਇਹ ਮੰਤਰੀ ਕੈਬਨਿਟ ਰਹੇ ਕੈਪਟਨ ਸਾਹਿਬ ਦੇ ਦੁਆਰਾ, ਐਮ ਐਲ ਏ ਮੰਤਰੀ ਹਾਰੇ, ਕਿਉਂ ਹਾਰੇ, ਕਿਉਂਕਿ ਉੱਥੋਂ ਤਾਂ ਹਾਰੇ ਕਿਉਂਕਿ ਕਦੇ ਵੜੇ ਨਹੀਂ ਸੀ, ਐਮ ਐਲ ਏ ਦੀ ਇਲੈਕਸ਼ਨ ਵੀ ਹਾਰੇ, ਫਿਰ 6 ਸਾਲ ਰਾਜ ਸਭਾ ਦੇ ਨਜ਼ਾਰੇ ਲਿਆਏ, 6 ਸਾਲ ਰਾਜ ਸਭਾ ਕਰ ਲਈ, ਉਹਦੇ ਨਜ਼ਾਰੇ ਲਿਆਏ, ਤੇ ਰੋਜ਼ ਕੈਪਟਨ ਦੇ ਉਲਟ ਚਿੱਠੀ ਲਿਖਦੇ ਸੀ ਵੀ ਕਾਂਗਰਸ ਨੂੰ ਕਿਵੇਂ ਠੋਕਣਾ, ਉਹ ਕੰਮ ਕਰਤਾ। ਉਦੋਂ ਬਾਅਦ ਸੀ ਐਲ ਪੀ ਲੀਡਰ ਬਣ ਗਏ, ਇੱਕੋ ਇੱਕ ਐਮ ਐਲ ਏ ਸੀ ਹੁਣ ਸੀ ਐਲ ਪੀ ਲੀਡਰ ਨਾ, ਵਿਕਰਮ ਚੌਧਰੀ, ਜਿਹੜਾ ਗੱਡੀ ਵੀ ਚਲਾਉਂਦਾ ਸੀ ਤੇ ਰਾਤ ਸਵੇਰੇ ਖਾਣਾ ਵੀ ਖਿਲਾਉਂਦਾ ਸੀ, ਉਹਦੇ ਨਾਲ ਵੀ ਉਹੀ ਇਹਨਾਂ ਦਾ ਡਿਪਟੀ ਸੀ ਐਲ ਆਪਣਾ ਵਿਪ ਸੀਗਾ ਨਾ, ਸੀਨੀਅਰ ਚੀਫ ਵਿਪ ਸੀ, ਉਹ ਵੀ ਰਿਜ਼ਾਈਨ ਦੇ ਗਿਆ, ਉਹ ਵੀ ਛੱਡ ਗਿਆ, ਤੇ ਇਹ ਇਸ ਕਰਕੇ ਇਹ ਸਭ ਦਾ ਇਹੀ ਕੰਮ ਕਰਦੇ ਰਹੇ। ਹੁਣ ਰਾਜਾ ਵੜਿੰਗ ਸਾਹਿਬ ਦੀ ਵਾਰੀ ਆ, ਉਹਨਾਂ ਨੂੰ ਤਿਆਰ ਕਰਕੇ ਐਨ, ਜਦੋਂ ਉਰੇ ਸਾਰੇ ਟਿਕਟ ਮੰਗਦੇ ਆ ਲੁਧਿਆਣੇ ਤੋਂ ਕੋਈ ਬੰਦਾ ਹੀ ਨਹੀਂ ਯਾਰ। ਤੁਸੀਂ ਪ੍ਰਤਾਪ ਬਾਜਵਾ ਤੇ ਨਿਸ਼ਾਨਾ ਸਾਧ ਰਹੇ ਸੀ, ਤੁਸੀਂ ਕਹਿ ਰਹੇ ਰਾਜਾ ਵੜਿੰਗ ਦੀ ਪ੍ਰਧਾਨਗੀ ਲੈਣ ਦੇ ਚੱਕਰ ਦੇ ਵਿੱਚ ਨੇ, ਲੇਕਿਨ ਉਹ ਕਹਿ ਰਹੇ ਅਸੀਂ ਯੂਨਾਈਟ ਆ, ਸਾਰੇ ਇਕੱਠੇ ਹੋ ਕੇ ਲੜ ਰਹੇ ਹਾਂ, ਤਾਂ ਹੀ ਵੱਡੇ ਚਿਹਰੇ ਉਤਰੇ, ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਨੂੰ ਉਤਾਰ ਦਿੱਤਾ, ਰੰਧਾਵਾ ਹੋਰਾਂ ਨੂੰ ਉਤਾਰ, ਬਾਜਵਾ ਕਿਉਂ ਨਹੀਂ ਉਤਰੇ, ਬਾਜਵਾ ਜੀ ਕਿਉਂ ਬਚ ਗਏ ਫਿਰ, ਇਹੀ ਤਾਂ ਮੈਂ ਕਹਿਣਾ ਵੀ ਸਭ ਨੂੰ ਉਤਾਰ ਕੇ, ਸਭ ਨੂੰ ਸਭ ਦੀ ਬਲੀ ਦੇ ਕੇ ਕੱਲੇ ਬਚਣਾ ਚਾਹੁੰਦੇ ਆ। ਚੰਨੀ ਹੋਰੀ ਤੁਹਾਡੇ ਤੋਂ ਬਹੁਤ ਦੱਬ ਕੇ ਨਿਸ਼ਾਨੇ ਸਾਧ ਰਹੇ ਆ, ਤੁਸੀਂ ਬਿਆਨ ਚੰਨੀ ਹੋਰਾਂ ਦੇ ਮੈਂ ਬਿਲਕੁਲ ਦਿੱਤਾ। ਦੇਖੋ ਅੱਜ ਜੇ ਕਿਸਾਨ ਬੈਠੇ ਨੇ ਇਹ ਚੰਨੀ ਸਾਹਿਬ ਕਰਕੇ ਆ, ਕਿਉਂ, ਕਿਉਂਕਿ ਉਦਣ ਪ੍ਰਧਾਨ ਮੰਤਰੀ ਸਾਰਾ ਪੰਜਾਬ ਦਾ ਕਰਜ਼ਾ ਮਾਫ਼ ਕਰਨ ਆ ਰਹੇ ਸੀ, ਉਦਣ ਸਾਰੇ ਕਿਸਾਨਾਂ ਦਾ ਕਰਜ਼ੇ ਮਾਫ਼ ਅਤੇ ਸਾਰੇ ਸਵਾਮੀਨਾਥਨ ਕਮਿਸ਼ਨ ਉਦਣ ਰਿਪੋਰਟ ਲਾਗੂ ਕਰਨ ਆ ਰਹੇ ਸੀ, ਉਹਨਾਂ ਦੇ ਮਨ 'ਚ ਐਡਾ ਸੀ ਕਿਉਂਕਿ ਜਹਾਜ਼ ਨਹੀਂ, ਹੈਲੀਕਾਪਟਰ ਨਹੀਂ ਚੜ੍ਹੇ, ਇਸ ਕਰਕੇ ਗੱਡੀ 'ਚ ਜਾ ਰਹੇ ਸੀ, ਅਸੀਂ ਤਾਂ ਉੱਥੇ ਪਾਰਲੀਮੈਂਟ ਸੀਗੇ,
ਸਾਰੇ ਐਮ ਪੀਆਂ ਨੂੰ ਇਹ ਗੱਲ ਪਤਾ ਹੈ ਤੇ ਜਦੋਂ ਉਹਨਾਂ ਨੂੰ ਰੋਕ ਲਿਆ ਉਹਦੇ ਵਿੱਚ ਕਾਂਗਰਸ ਪਾਰਟੀ ਦੀ ਤਾਂ ਸੋਚ ਹਮੇਸ਼ਾ ਛੋਟੀ ਰਹੀ ਆ ਵੀ ਇਹਨਾਂ ਨੇ ਕਿਹਾ ਵੀ ਇਲੈਕਸ਼ਨਾਂ 22 ਦੀਆਂ ਜੇ ਕਿਤੇ ਅਨਾਊਂਸਮੈਂਟ ਹੋ ਗਈਆਂ ਸਾਰਾ ਕੁਛ ਕਰਤਾ ਉਹਨਾਂ ਨੇ ਅਨਾਊਂਸ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿਸਾਨ ਖੁਸ਼ ਹੋ ਗਏ ਮਜ਼ਦੂਰ ਖੁਸ਼ ਹੋ ਗਏ ਤੇ ਫਿਰ ਸਾਡੇ ਕੀ ਪੱਲੇ ਰਹੂ ਰਿਹਾ ਤਾਂ ਵੈਸੇ ਵੀ ਨਹੀਂ ਪੱਲੇ ਪਰ ਇਹਨਾਂ ਨੇ ਇਸ ਮੰਸ਼ਾ ਨਾਲ ਤੇ ਮੈਨੂੰ ਚਲੋ ਦੱਸ ਦੇਣ ਉਹ ਕਹਿੰਦੇ ਆ ਨਾ ਵੀ ਹਾਂ ਮੈਂ ਰੋਕਿਆ ਤੇ ਰੋਕਿਆ ਪ੍ਰਧਾਨ ਮੰਤਰੀ ਨੂੰ ਰੋਕ ਕੇ ਉਹਨਾਂ ਦਾ ਨੁਕਸਾਨ ਥੋੜੀ ਹੋਇਆ ਨੁਕਸਾਨ ਤਾਂ ਪੰਜਾਬ ਦਾ ਹੋਇਆ ਉਦੋਂ ਬਾਅਦ ਕਿੰਨੇ ਸੌ ਕਿਸਾਨ ਸ਼ਹੀਦ ਹੋ ਗਏ ਕਿੰਨੇ ਕਿਸਾਨਾਂ ਦੀਆਂ ਗੋਲੀਆਂ ਵੱਜ ਗਈਆਂ ਜੇ ਉਹ ਸਾਰੀ ਕੁਛ ਤੁਸੀਂ ਆਪ ਚੀਫ ਮਿਨਿਸਟਰ ਜਾ ਕੇ ਨਾਲ ਬਹਿੰਦੇ ਵੀ ਆਹ ਚੀਜ਼ਾਂ ਅਨਾਊਂਸ ਕਰੋ ਜੀ ਤੇ ਅੱਜ ਕਿਸਾਨਾਂ ਨੂੰ ਇਹਦਾ ਮਤਲਬ ਤੁਸੀਂ ਰੋਕ ਕੇ ਜਾਣ ਕੇ ਕਿਸਾਨਾਂ ਨੂੰ ਖਰਾਬ ਕਰ ਰਹੇ ਹੋ ਇਹਦਾ ਉਹਨਾਂ ਦਾ ਮਤਲਬ ਇਹ ਆ ਵੀ ਮੈਂ ਜਾਣ ਕੇ ਵੀ ਇਹ ਪਾੜਾ ਪਾ ਕੇ ਰੱਖੀਏ ਸਰਕਾਰ ਦੇ ਵਿੱਚ ਕਿਸਾਨਾਂ ਨੂੰ ਐਂ ਨੁਕਸਾਨ ਹੁੰਦਾ ਰਹੇ ਤੇ ਸਾਡਾ ਫਾਇਦਾ ਹੁੰਦਾ ਰਹੇ ਕਿਸਾਨ ਜਦੋਂ ਵਿਰੋਧ ਕਰ ਰਹੇ ਤੁਹਾਨੂੰ ਲੱਗਦਾ ਬੀਜੇਪੀ ਕਮਬੈਕ ਜਿਹੜੀ ਉਹ ਕਰ ਸਕੇਗੀ ਕਿੰਨੀਆਂ ਸੀਟਾਂ ਤੁਹਾਨੂੰ ਲੱਗਦਾ ਪੰਜਾਬ 'ਚ ਬੀਜੇਪੀ ਇਸ ਵੇਲੇ ਜਿੱਤ ਸਕਦੀ ਮੈਨੂੰ ਤਾਂ ਆਪਣੀ ਸੀਟ ਦਾ ਪਤਾ ਜਿਹਦੇ ਵਿੱਚ ਲੋਕ 100% ਮਨ ਬਣਾ ਚੁੱਕੇ ਆ ਕਿਉਂਕਿ 7 ਸੀਟਾਂ ਸਾਡੀਆਂ ਤਕਰੀਬਨ ਸ਼ਹਿਰੀ ਨੇ ਤੇ ਬਾਕੀ ਜਗਰਾਉਂ ਵੀ ਬਹੁਤ ਵੱਡਾ ਸ਼ਹਿਰ ਆ ਇੱਕ ਦਾਖਾ ਏ ਦਾਖਾ ਹਲਕੇ 'ਚ ਅਸੀਂ ਆਪਣੇ ਹਿੱਸੇ ਦੀ ਵੋਟ ਆ ਜਿਹੜੀ ਉਹ ਲਵਾਂਗੇ ਤੇ ਮੈਂ ਇਹ ਤੁਹਾਨੂੰ ਕਹਿ ਸਕਦਾ ਵੀ ਲੋਕ ਅੱਜ ਇਹ ਕਿਸਾਨ ਆਰਗੇਨਾਈਜੇਸ਼ਨ ਹੈ ਜਿਹੜਾ ਵਿਰੋਧ ਕਰ ਰਹੀਆਂ ਹੈ ਠੀਕ ਹੈ ਉਹਨਾਂ ਦਾ ਫਰਜ਼ ਆ ਕਰਨ ਪਰ ਲੋਕਾਂ ਦਾ ਤਾਂ ਪਤਾ ਨਾ ਲੋਕਾਂ ਨੇ ਤਾਂ ਵੋਟ ਅੰਦਰ ਜਾ ਕੇ ਪਾਉਣੀ ਹੈ ਨਾ ਉਹਨਾਂ ਨੂੰ ਇਹ ਗੱਲ ਪਤਾ ਜੇ ਸਾਨੂੰ ਕੁਛ ਪੰਜਾਬ ਦੇ ਮਾਹੌਲ ਠੀਕ ਹੋ ਸਕਦਾ ਉਹ ਸਿਰਫ ਤੇ ਸਿਰਫ ਸੈਂਟਰ ਸਰਕਾਰ ਕਰ ਸਕਦੀ ਹੈ ਮੋਦੀ ਜੀ ਕਰ ਸਕਦੇ ਜਿਨ੍ਹਾਂ ਦੇ ਹੱਥ 'ਚ ਸਭ ਕੁਛ ਆ ਸਾਡੇ ਕੋਲ ਪੰਜਾਬ ਕੋਲ ਤਾਂ ਜ਼ਹਿਰ ਖਾਣ ਨੂੰ ਪੈਸਾ ਨਹੀਂ ਗਾ ਜੇ ਅਸੀਂ ਲਿਆਉਣਾ ਤਾਂ ਉੱਥੋਂ ਹੀ ਲਿਆਉਣਾ ਠੀਕ ਹੈ ਚਲੋ ਧੰਨਵਾਦ ਰਵਨੀਤ ਬਿੱਟੂ ਜੀ ਥੈਂਕ ਯੂ